ਆਗੂ ਹੰਸਰਾਜ ਹੰਸ ਦਾ ਵਿਰੋਧ ਕਰਨ ਲਈ ਤੁਸੀਂ ਇਕੱਠੇ ਹੋਏ ਸੀ ਪਿੰਡ ਰਾਈਆਂ ਵਿੱਚ। ਹਾਂਜੀ, ਤੁਹਾਨੂੰ ਪੁਲਿਸ ਨੇ ਕਿਸ ਤਰ੍ਹਾਂ ਡਿਟੇਨ ਕੀਤਾ? ਅਸੀਂ ਜੀ ਮੰਨ ਲਓ ਵੀ ਜੋ ਅਸੀਂ ਬੈਠੇ ਸੀ ਉਹਦਾ ਰੋਸ ਕਰਨ ਵਾਸਤੇ ਪ੍ਰਸ਼ਾਸਨ ਨੂੰ ਅਸੀਂ ਆਖਿਆ ਵੀ ਸਾਡੀ ਗੱਲ ਕਰਾਓ, ਵੀ ਸਾਡੇ ਪੱਤਰਕਾਰਾਂ ਦੇ ਸਾਹਮਣੇ ਸਾਡੇ ਪੰਜ ਗੱਲਾਂ ਦਾ ਜਵਾਬ ਦੇ ਦੇ, ਅਸੀਂ ਕੁਛ ਨਹੀਂ ਆਉਂਦੇ, ਵੀ ਸਾਈਡ ਤੇ ਹੋ ਕੇ ਅਸੀਂ ਬਹਿ ਜਾਂਦੇ। ਜਦੋਂ ਇਹ ਗੱਲ ਸਾਡੀ ਹੋਈ, ਸਾਡੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ, ਉਹ ਕਹਿੰਦਾ ਵੀ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਉਦੋਂ ਪੰਜਾਂ ਗੱਲਾਂ ਦਾ ਜਵਾਬ ਦੇ ਦੇ। ਉਹ SSP ਨੂੰ ਫੋਨ ਆਇਆ, ਉਹ ਹੰਸਰਾਜ ਜੀ ਬੋਲੇ, ਕਹਿੰਦਾ ਵੀ ਅਸੀਂ ਮੈਂ ਨਹੀਂ ਜਵਾਬ ਦੇਣਾ ਉਹਨਾਂ ਦਾ, ਤੇ ਉਦੋਂ ਬਾਅਦ ਅਸੀਂ ਰਸਤਾ ਰੋਕ ਲਿਆ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਸਾਨੂੰ ਮਤਲਬ ਧੱਕੇ ਮਾਰ ਕੇ ਗੱਡੀਆਂ 'ਚ ਬਿਠਾਇਆ। ਅੱਜ ਸਾਨੂੰ ਇੱਥੇ ਵਾਤਾ ਹੈ, ਚਲੋ ਕੋਈ ਗੱਲ ਨਹੀਂ, ਕਿਤੇ ਆਪਦੀਆਂ ਕਿਤੇ ਬਾਪ ਦੀਆਂ। ਅਸੀਂ ਤਾਂ ਇਹੀ ਮੰਗਾਂ ਮੰਗਣੀਆਂ ਸੀ ਵੀ ਜੋ ਭਾਈ ਸਾਡੇ ਨਾਲ ਵਾਅਦੇ ਕੀਤੇ ਉਹ ਸਾਡੇ ਪੂਰੇ ਕਰੋ। ਭਾਜੀ, ਸੰਯੁਕਤ ਮੋਰਚਾ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਜਦੋਂ ਵੀ ਕੋਈ ਭਾਜਪਾ ਦਾ ਆਗੂ ਆਉਂਦਾ ਤਾਂ ਉਸਨੂੰ ਇੱਕ ਸਵਾਲਾਂ ਦੀ ਲਿਸਟ ਬਣਾਈ ਗਈ ਹੈ। ਹਾਂਜੀ ਹਾਂਜੀ, ਸਵਾਲ ਕੀਤੇ ਜਾਣ। ਹਾਂਜੀ, ਕਿਸੇ ਕਿਸਮ ਦਾ ਕੋਈ ਮਤਲਬ ਕੋਈ ਸ਼ਰਤਬਾਜ਼ੀ ਜਾਂ ਉਹਨਾਂ ਦਾ ਰਸਤਾ ਘੇਰਨ ਦੀ ਕੋਸ਼ਿਸ਼ ਨਾ ਕੀਤੀ। ਹਾਂਜੀ, ਪਰ ਇਸ ਦੇ ਬਾਵਜੂਦ ਜਿਹੜਾ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਰਸਤੇ ਰੁਕੇ ਗਏ, ਉਹਨਾਂ ਦੇ ਜਿੱਥੋਂ ਲੰਘਣਾ ਸੀ ਉੱਥੇ ਟਰੈਕਟਰ ਲਗਾ ਕੇ ਉਹ ਰਸਤੇ ਨੂੰ ਜਾਮ ਕਰ ਦਿੱਤਾ ਗਿਆ ਤੇ ਉਗਰ ਹੋ ਕੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਨਹੀਂ, ਕੋਈ ਨਹੀਂ ਜੀ, ਉਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਸਾਡੀਆਂ ਪੰਜ ਗੱਲਾਂ ਦਾ ਜਵਾਬ ਦਿਓ। SSP ਸਾਹਿਬ ਨਾਲ ਗੱਲ ਹੋਈ ਸਾਰੀ, ਸਾਡੀ ਜਗਜੀਤ ਸਿੰਘ ਡੱਲੇ ਵਾਲੇ ਦੀ ਵੀ ਕਾਲ ਆਈ ਆ ਵੀ ਤੁਸੀਂ ਹੁੱਲਰਬਾਜ਼ੀ ਨਹੀਂ ਕਰਨੀ, ਅਸੀਂ ਬੰਦਿਆਂ ਨੂੰ ਰੋਕ ਕੇ ਰੱਖਿਆ। ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ। ਪਰ ਇੱਕ ਸਵਾਲ ਇਹ ਵੀ ਹੈ ਨਹੀਂ, ਜੇ ਸੰਯੁਕਤ ਮੋਰਚਾ ਵੀ ਕਹਿੰਦਾ ਕਰੋ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਜਾਂ ਇੱਕ ਫਲੈਕਸ ਜਾਂ ਇੱਕ ਪਰਚੇ ਬਣਾ ਕੇ ਜਿਹੜੇ ਉਹਨਾਂ ਨੂੰ ਸਵਾਲਾਂ ਦੇ ਜਿਹੜੇ ਜਵਾਬ ਪੁੱਛੇ ਜਾਣ? ਉਹ ਤਾਂ ਪੁੱਛਣ ਨੂੰ ਤੇ ਪਾਸੇ ਦੇ ਖੜੇ ਸੀ ਉਦੋਂ ਜੀ, ਜਦੋਂ ਮੰਨ ਲਾ ਪ੍ਰਸ਼ਾਸਨ ਨੇ ਫਿਰ ਤੁਹਾਨੂੰ ਧੱਕੇ ਨਾ ਚੱਕੇ ਬੱਸਾਂ ਸਿੱਟ ਲਏ, ਹੰਸਰਾਜ ਆਉਣ ਤੋਂ ਪਹਿਲੇ ਸਾਨੂੰ ਪਹਿਲਾਂ ਹੀ ਸਿੱਟ ਲਿਆ, ਉਹ ਤਾਂ ਰਾਹ 'ਚ ਚੱਕ ਰਿਹਾ, ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਇੱਕ। ਚਲੋ ਕੋਈ ਗੱਲ ਨਹੀਂ, ਜੇ ਕਰ ਰਿਹਾ, ਅਸੀਂ ਤਾਂ ਆਰਾਮ ਨਾਲ ਬੈਠੇ ਸੀ ਉੱਥੇ ਵੀ ਚਲੋ ਜੇ ਗੱਡੀ ਕਹਿੰਦੇ ਤੇ ਅਸੀਂ ਗੱਡੀਆਂ ਟੱਪਣ ਦਿੱਤੀਆਂ, ਕੋਈ ਸਾਡਾ ਕੋਈ ਵੈਰ ਤਾਂ ਨਹੀਂ, ਕੋਈ BJP ਨਾਲ ਵੈਰ ਨਹੀਂ। ਵੀ ਮੰਨ ਲਾ ਅਸੀਂ ਆਖਿਆ ਵੀ ਜਿਹੜਾ 2014 ਸਾਡੇ ਨਾਲ ਵਾਅਦੇ ਕੀਤੇ ਆ ਉਹ ਸਾਡੇ ਪੂਰੇ। ਫਿਰ ਕੱਲ ਸਾਡੇ ਪ੍ਰਧਾਨ ਨੇ ਪਹਿਲੇ ਸੁਨੇਹੇ ਇਹਨਾਂ ਨੇ ਦਿੱਤੇ ਸੀ, BJP ਨੇ ਚੰਡੀਗੜ੍ਹ 'ਚ ਡਿਬੇਟ ਵਾਸਤੇ ਸੱਦੇ ਸੀ, ਇਹ ਕੱਲ ਕਿਉਂ ਨਹੀਂ ਗਏ? BJP ਕੋਲੇ ਕੋਈ ਸਵਾਲ ਦਾ ਜਵਾਬ ਹੈ ਨਹੀਂ, ਇਹ ਖਤਮ ਹੈ। ਲਾਰੇ ਲਾ ਕੇ 2014 ਦੇ ਵਿੱਚ MSC ਵਿੱਚ ਬਾਦਲ ਜੀ ਵੀ ਬੈਠੇ ਸੀ, ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਮੋਦੀ ਸਾਹਿਬ, ਇਹ ਕਹਿੰਦਾ ਮੈਂ ਆ ਗਿਆ, ਮੈਂ MSC ਵੀ ਦਊਂ, ਫਸਲ ਦੀ ਗਰੰਟੀ ਵੀ ਦਊਂ, 15-15 ਲੱਖ ਰੁਪਈਆ ਖਾਤਿਆਂ 'ਚ ਵੀ ਪਾਉ। ਉਹ ਦੱਸੋ ਉਹ ਕੀ 15 ਲੱਖ ਵੀ ਗਿਆ, ਕਿਸਾਨੀ ਵੀ ਮਰ ਗਈ। ਫਿਰ ਇਹਨਾਂ ਨੇ ਜਦੋਂ ਸਾਡਾ 2020 ਦੇ ਵਿੱਚ ਮੰਨ ਲਓ ਧਰਨਾ ਹੋਇਆ ਦਿੱਲੀ ਦੇ ਵਿੱਚ, ਸਾਡਾ ਮੰਨ ਲਓ ਇਹਨਾਂ ਨੇ 750 ਬੰਦਾ ਸ਼ਹੀਦ ਕੀਤਾ, ਅਜਿਹੇ ਰਮੇਸ਼ਰਾ ਨੇ 4 ਬੰਦੇ ਸਾਡੇ ਕਿਸਾਨ ਮਾਰੇ, ਇੱਕ ਪੱਤਰਕਾਰ ਵੀਰ ਮਾਰਿਆ, ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ। ਫਿਰ ਕਸੂਰ ਸਾਡੇ 'ਚ ਹੀ ਹੈ ਜੀ। ਭਾਜੀ, ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਮੁੱਖ ਜੈਤੋ ਹੋਵੇ ਜਾਂ ਗਿੱਦੜਵਾ ਹਲਕੇ ਵਿੱਚ ਜਿਹੜੇ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ ਜਦੋਂ ਹੰਸਰਾਜ ਸਿੰਘ ਤੋਂ
ਹਾਂਜੀ ਕਿਤੇ ਨਾ ਕਿਤੇ ਉਹ ਸਵਾਲਾਂ ਦੇ ਜਵਾਬ ਵੀ ਦਿੰਦੇ ਨਜ਼ਰ ਆਏ ਸੀਗੇ, ਪਰ ਇਸ ਦੇ ਬਾਵਜੂਦ ਦੇਖਿਆ ਗਿਆ ਸੀ ਕਿ ਕਿਸਾਨ ਕਾਫੀ ਜਿਹੜੇ ਗਰਮ ਸਵਾਲ ਕਹਿੰਦੇ ਉਹਨਾਂ ਨੂੰ ਕਰ ਰਹੇ ਸੀ। ਹਾਂਜੀ ਹਾਂਜੀ, ਕੀ ਗੱਲ ਲੱਗਦਾ ਨਹੀਂ ਵੀ ਇਸੇ ਡਰ ਦੇ ਮਾਰੇ ਜਿਹੜਾ ਹੋ ਸਕਦਾ ਕਿ ਅੱਜ ਤੁਹਾਨੂੰ ਸਾਹਮਣਾ ਨਾ ਕਰਨ ਦਿੱਤਾ? ਨਹੀਂ ਨਹੀਂ ਜੀ, ਜਵਾਬ ਇਹਨਾਂ ਨੂੰ ਆਉਂਦਾ ਹੀ ਨਹੀਂ। ਜੇ ਇਹਨਾਂ ਨੂੰ ਜਵਾਬ ਆਉਂਦਾ ਹੋਵੇ ਸਾਨੂੰ ਕੀ ਲੋੜ ਆ ਵੀ ਧੁੱਪੇ ਬਹਿਣ ਦੀ? ਵੇਖੋ ਅੱਜ ਕੰਮ ਦੀ ਰੁੱਤ ਆ, ਉੱਤੋਂ ਕਿਸਾਨਾਂ ਦੀ ਤੂੜੀ ਬਣਦੀ, ਕਿਸੇ ਦੀ ਕਣਕ ਖੜੀ ਆ, ਸਾਨੂੰ ਕੀ ਲੋੜ ਸੀ ਉੱਥੇ? ਸਾਡੇ ਵੱਡਿਆਂ ਨਾਲ ਬਹਿ ਕੇ ਗੱਲ ਕਰ ਲੈਂਦੇ, ਸਾਡੇ ਵੱਲੋਂ ਪਿੰਡਾਂ 'ਚ ਤੁਰੇ ਆਉਂਦੇ, ਦੂਜੀਆਂ ਪਾਰਟੀਆਂ ਵੀ ਆਉਂਦੀਆਂ। ਪਰ ਉਹ ਤਾਂ ਵਾਰ ਵਾਰ ਕਹਿ ਰਹੇ ਨੇ ਕਿ ਸਾਨੂੰ ਪਿੰਡਾਂ ਵਿੱਚ ਜਾਣ ਦਿਓ, ਸਾਨੂੰ ਆਪਦੀ ਕੰਪੇਨ ਕਰਨ ਦਿਓ, ਤੁਸੀਂ ਅਗਰ ਵੋਟ ਨਹੀਂ ਪਾਣੀ ਤਾਂ ਨਾ ਪਾਓ, ਪਰ ਸਾਨੂੰ ਆਪਦਾ ਜਿਹੜਾ ਕੰਮ ਕਰਨ ਦਿਓ। ਉਹ ਜਵਾਬ ਦਿੰਦੇ, ਜਵਾਬ ਦੇਣ ਸਾਨੂੰ ਜੀ, ਅੱਜ ਵੀ ਹੁਣ ਤੁਹਾਡੇ ਸਾਹਮਣੇ ਮੀਡੀਆ ਰਾਹੀਂ ਅਸੀਂ ਕਹਿੰਦੇ ਹਾਂ, ਸਾਡੇ ਨਾਲ ਬਹਿ ਜੇ ਰਿਪੀਟ ਕਰ ਲਏ ਸਿੱਧਾ ਹੋ ਗਈ, ਅਸੀਂ ਆਪਦਾ ਪ੍ਰਧਾਨ ਬਾਹ ਦਿੰਦੇ ਹਾਂ, ਚਲੋ ਅਸੀਂ ਅਨਪੜ੍ਹ ਬੰਦੇ ਹਾਂ ਤੇ ਇਹ ਸਾਨੂੰ ਜਵਾਬ ਦੇ ਦੇ, ਸਾਡੇ ਵੱਲੋਂ ਖੁੱਲ੍ਹਾ ਤੁਰਿਆ ਫਿਰੇ, ਅਸੀਂ ਕੁਛ ਨਹੀਂ ਇਹਨੂੰ ਕਹਿੰਦੇ। ਅੱਗੇ ਤੋਂ ਵੀ ਇਹ ਵਿਰੋਧ ਜਾਰੀ ਰਹੇਗਾ? ਹਾਂ ਜੀ, ਜਾਰੀ ਰਹੂਗਾ। ਇੱਕ ਮੀਟਿੰਗ ਹੋਈ ਸੀ SSP ਸਾਹਿਬ ਨਾਲ ਫਰੀਦਕੋਟ, ਪਿੱਛੇ ਪਿੱਛੇ ਸਿੱਧੂਪੁਰ ਗਰੁੱਪ ਨੇ ਕੋਈ ਜਿਹੜਾ ਕਿਹਾ ਸੀ ਮੀਟਿੰਗ 'ਚ ਹਾਂਜੀ ਅਸੀਂ ਵਿਰੋਧ ਕਰਾਂਗੇ, ਉਹਦੇ ਇੰਦਰਜੀਤ ਘਨੀਆ ਸ਼ਾਇਦ ਉਸੇ ਮੀਟਿੰਗ 'ਚ। ਹਾਂਜੀ ਹਾਂਜੀ, ਵੀ ਸਾਈਡ ਤੇ ਜਿਹੜਾ ਕਿ ਵਿਰੋਧ ਕੀਤਾ ਜਾਊਗਾ, ਨਾ ਕਿ ਕਿਸੇ ਦਾ ਘਰ ਰੋਕਿਆ ਜਾਊਗਾ। ਲੇਕਿਨ ਅੱਜ ਉਹ ਕਹਿੰਦੇ ਦੇਖਿਆ ਗਿਆ ਕਿ ਜਿਹੜੇ ਉੱਥੇ ਦੇ BJP ਦੇ ਉਮੀਦਵਾਰ ਕਹਿੰਦੇ ਵੀ ਸਾਨੂੰ ਘਰ 'ਚ ਜਾਣ ਤੱਕ ਰੋਕਿਆ ਗਿਆ ਹੈਗਾ, ਇਹ ਉਹ ਜਿਹੜੇ ਕਿ ਨੇ ਆਪਣੇ ਦੋਸ਼ ਲਾ ਰਹੇ ਨੇ। ਨਹੀਂ ਜੀ, ਕੋਈ ਹੁਣ ਤੁਸੀਂ ਉੱਥੇ ਗਏ ਹੀ ਹੈ, ਸਾਈਡ ਤੇ ਬੰਦੇ ਬੈਠੇ ਆ, ਉਹੀ ਗੱਲ ਹੋਈ ਸੀ ਵੀ ਗੱਡੀ ਜਿਹੜੀ ਆਉਂਦੀ ਹੈ ਉਹ ਆਪਦੇ ਧੱਕੇ ਨਾਲ ਲੰਘਾਉਂਦੇ ਸੀ, ਫਿਰ ਅਸੀਂ ਵੀ ਨਹੀਂ ਗੱਡੀ ਨਾਲ ਧੱਕੇ ਨਾਲ ਲੰਘਾਏ, ਜਦੋਂ ਸਾਨੂੰ ਬਾਰਡਰਾਂ ਦੇ ਨਹੀਂ ਲੰਘਣ ਦਿੱਤਾ। ਕੀ ਦਿੱਲੀ ਵਿੱਚ ਸਾਡਾ ਹੱਕ ਐਵੇਂ ਨਹੀਂ? ਇਹਨਾਂ ਨੇ ਵੱਡੇ ਵੱਡੇ ਕਿੱਲ ਲਾ ਕੇ, ਵੱਡੇ ਵੱਡੇ ਬੈਰੀਗੇਟ ਲਾ ਕੇ ਸਾਡੇ ਕਿੰਨੇ ਕਿਸਾਨ ਮੱਲਾ ਫੱਟੜ ਕੀਤੇ, ਮੁੰਡਿਆਂ ਦੀਆਂ ਅੱਖਾਂ ਗਈਆਂ। ਸ਼ੁਭਦੀਪ 2 ਕਿੱਲਿਆਂ ਦਾ ਮਾਲਕ ਸੀ, ਜਿਹੜਾ ਉਹ ਗਿਆ ਇਹਨਾਂ ਨੇ ਗੋਲੀ ਮਾਰ ਕੇ ਮਾਰਿਆ, ਫਿਰ ਮੁੰਡਾ ਇੱਕ ਹੋਰ ਉਹਦੀਆਂ ਲੱਤਾਂ ਬਾਹਾਂ ਤੋੜੀਆਂ, ਲੰਗਰ ਲੈ ਕੇ ਆ। ਇਹ ਫਿਰ ਜੇ ਮੰਨ ਲਓ ਵੀ ਸਾਨੂੰ ਨਹੀਂ ਸਮਝਦੇ ਪੰਜਾਬ ਦਾ, ਸਾਨੂੰ ਛੱਡ ਦੇਣ, ਅਸੀਂ ਪਾਕਿਸਤਾਨ ਨਾਲ ਰਲੀਏ ਕਾਸੇ ਨਾਲ, ਇਹ ਇੱਕ ਆਤਵਾਦੀ ਹੈ ਜੇ ਅਸੀਂ ਆਪਦਾ ਹੱਕ ਮੰਗਦੇ ਹਾਂ। ਅਸੀਂ ਜੀ ਮੰਨ ਲਓ ਵੀ ਜੋ ਅਸੀਂ ਬੈਠੇ ਸੀ ਉਹਦਾ ਰੋਸ ਕਰਨ ਵਾਸਤੇ ਪ੍ਰਸ਼ਾਸਨ ਨੂੰ ਅਸੀਂ ਆਖਿਆ ਵੀ ਸਾਡੀ ਗੱਲ ਕਰਾਓ, ਵੀ ਸਾਡੇ ਪੱਤਰਕਾਰਾਂ ਦੇ ਸਾਹਮਣੇ ਸਾਡੇ 5 ਗੱਲਾਂ ਦਾ ਜਵਾਬ ਦੇ ਦੇ, ਅਸੀਂ ਕੁਛ ਨਹੀਂ ਆਉਂਦੇ, ਵੀ ਸਾਈਡ 'ਤੇ ਹੋ ਕੇ ਅਸੀਂ ਬਹਿ ਜਾਂਦੇ। ਜਦੋਂ ਇਹ ਗੱਲ ਸਾਡੀ ਹੋਈ, ਸਾਡੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ, ਉਹ ਕਹਿੰਦਾ ਵੀ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਉਦੋਂ 5 ਗੱਲਾਂ ਦਾ ਜਵਾਬ ਦੇ ਦਿਓ। ਉਹ SSP ਨੂੰ ਫੋਨ ਆਇਆ, ਉਹ ਅਨਸਰਾਜ ਜੀ ਬੋਲੇ, ਕਹਿੰਦਾ ਵੀ ਅਸੀਂ ਮੈਂ ਨਹੀਂ ਜਵਾਬ ਦੇਣਾ ਉਹਨਾਂ ਦਾ, ਅਤੇ ਉਦੋਂ ਬਾਅਦ ਅਸੀਂ ਰਸਤਾ ਰੋਕ ਲਿਆ ਅਤੇ ਪ੍ਰਸ਼ਾਸਨ ਨੇ ਧੱਕੇ ਨਾਲ ਸਾਨੂੰ ਮਤਲਬ ਧੱਕੇ ਮਾਰ ਕੇ ਗੱਡੀਆਂ 'ਚ ਬਿਠਾਇਆ, ਅੱਜ ਸਾਨੂੰ ਇੱਥੇ ਬਾਤ ਆ। ਚਲੋ ਕੋਈ ਗੱਲ ਨਹੀਂ, ਕਿਤੇ ਆਪਦੀਆਂ ਕਿਤੇ ਬਾਪ ਦੀਆਂ, ਅਸੀਂ ਤਾਂ ਇਹੀ ਮੰਗਾਂ ਮੰਗਣੀਆਂ ਸੀ ਵੀ ਜੋ ਭਾਈ ਸਾਡੇ ਨਾਲ ਵਾਅਦੇ ਕੀਤੇ ਉਹ ਸਾਡੇ ਪੂਰੇ ਕਰੋ। ਭਾਈ ਸੰਯੁਕਤ ਮੋਰਚਾ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਜਦੋਂ ਵੀ ਕੋਈ ਭਾਜਪਾ ਦਾ ਆਗੂ ਆਉਂਦਾ ਤਾਂ ਉਸ ਨੂੰ ਇੱਕ ਸਵਾਲਾਂ ਦੀ ਲਿਸਟ ਬਣਾਈ ਗਈ ਹੈ। ਹਾਂਜੀ ਹਾਂਜੀ, ਸਵਾਲ ਕੀਤੇ ਜਾਣ, ਹਾਂਜੀ, ਕਿਸੇ ਕਿਸਮ ਦਾ ਕੋਈ ਮਤਲਬ ਕੋਈ ਸ਼ਰਾਰਤਬਾਜ਼ੀ ਜਾਂ ਉਹਨਾਂ ਦਾ ਰਸਤਾ ਘੇਰਨ ਦੀ ਕੋਸ਼ਿਸ਼ ਨਾ ਕੀਤੀ। ਹਾਂਜੀ ਹਾਂਜੀ, ਪਰ ਇਸ ਦੇ ਬਾਵਜੂਦ ਜਿਹੜਾ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਰਸਤੇ ਰੁਕੇ ਗਏ, ਉਹਨਾਂ ਦੇ ਜਿੱਥੋਂ ਲੰਘਣਾ ਸੀ ਉੱਥੇ ਟਰੈਕਟਰ ਲਗਾ ਕੇ ਉਹ ਰਸਤੇ ਨੂੰ ਜਾਮ ਕਰ ਦਿੱਤਾ ਗਿਆ, ਹਾਂਜੀ, ਤੇ ਉਗਰ ਹੋ ਕੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਨਹੀਂ ਕੋਈ ਨਹੀਂ ਜੀ, ਉਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਸਾਡੀਆਂ 5 ਗੱਲਾਂ ਦਾ ਜਵਾਬ ਦਿਓ, SSP ਸਾਹਿਬ ਨਾਲ ਗੱਲ ਹੋਈ ਸਾਰੀ, ਸਾਡੀ ਜਗਜੀਤ ਸਿੰਘ ਡੱਲੇ ਵਾਲੇ ਦੀ ਵੀ ਕਾਲ ਆਈ ਆ ਵੀ ਤੁਸੀਂ ਹੁੱਲਰਬਾਜ਼ੀ ਨਹੀਂ ਕਰਨੀ, ਅਸੀਂ ਬੰਦਿਆਂ ਨੂੰ ਰੋਕ ਕੇ ਰੱਖਿਆ। ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ। ਪਰ ਇੱਕ ਸਵਾਲ ਇਹ ਵੀ ਹੈ ਨਹੀਂ, ਜੇ ਸੰਯੁਕਤ ਮੋਰਚਾ ਵੀ ਕਹਿੰਦਾ ਕਰੋ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਜਾਂ ਇੱਕ ਫਲੈਕਸ ਜਾਂ ਇੱਕ ਪਰਚੇ ਬਣਾ ਕੇ ਜਿਹੜੇ ਉਹਨਾਂ ਨੂੰ ਸਵਾਲਾਂ ਦੇ ਜਿਹੜੇ ਜਵਾਬ ਪੁੱਛੇ ਜਾਣ? ਉਹ ਤਾਂ ਪੁੱਛਣ ਨੂੰ ਤੇ ਪਾਸੇ ਦੇ ਖੜੇ ਸੀ, ਉਦੋਂ ਜੀ ਜਦੋਂ ਮੰਨ ਲਾ ਪ੍ਰਸ਼ਾਸਨ ਨੇ ਫਿਰ ਤੁਹਾਨੂੰ ਧੱਕੇ ਨਾਲ ਚੱਕੇ ਬੱਸਾਂ ਸਿੱਟ ਲਏ, ਹੰਸਰਾਜ ਆਉਣ ਤੋਂ ਪਹਿਲੇ ਸਾਨੂੰ ਪਹਿਲਾਂ ਹੀ ਸਿੱਟ ਲਿਆ, ਉਹਦਾ ਰਾਜ ਚੱਕ ਰਿਹਾ, ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਇੱਕ। ਚਲੋ ਕੋਈ ਗੱਲ ਨਹੀਂ, ਜੇ ਕਰ ਰਿਹਾ, ਅਸੀਂ ਤਾਂ ਆਰਾਮ ਨਾਲ ਬੈਠੇ ਸੀ ਉੱਥੇ,
ਵੀ ਚਲੋ ਜੇ ਗੱਡੀ ਕਹਿੰਦੇ ਤੇ ਅਸੀਂ ਗੱਡੀਆਂ ਟੱਪਣ ਦਿੱਤੀਆਂ, ਕੋਈ ਸਾਡਾ ਕੋਈ ਵੈਰ ਤਾਂ ਨੀ, ਕੋਈ ਬੀਜੇਪੀ ਨਾਲ ਵੈਰ ਨੀ। ਵੀ ਮੰਨ ਲਾ ਅਸੀਂ ਆਖਿਆ ਵੀ ਜਿਹੜਾ 2014 ਸਾਡੇ ਨਾਲ ਵਾਅਦੇ ਕੀਤੇ ਆ ਉਹ ਸਾਡੇ ਪੂਰੇ। ਫਿਰ ਕੱਲ ਸਾਡੇ ਪ੍ਰਧਾਨ ਨੇ ਪਹਿਲੇ ਸੁਨੇਹੇ ਇਹਨਾਂ ਨੇ ਦਿੱਤੇ ਸੀ, ਬੀਜੇਪੀ ਨੇ ਚੰਡੀਗੜ੍ਹ ਚ ਡਿਬੇਟ ਵਾਸਤੇ ਸੱਦੇ ਸੀ, ਇਹ ਕੱਲ ਕਿਉਂ ਨੀ ਗਏ? ਬੀਜੇਪੀ ਕੋਲੇ ਕੋਈ ਸਵਾਲ ਦਾ ਜਵਾਬ ਹੈ ਨੀ, ਇਹ ਖਤਮ ਹੈ। ਲਾਰੇ ਲਾ ਕੇ 2014 ਦੇ ਵਿੱਚ MSC ਵਿੱਚ ਬਾਦਲ ਸੀ ਵੀ ਬੈਠਾ ਸੀ, ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਮੋਦੀ ਸਾਹਿਬ, ਇਹ ਕਹਿੰਦਾ ਮੈਂ ਆ ਗਿਆ, ਮੈਂ MSC ਵੀ ਦਊਂ, ਫਸਲ ਦੀ ਗਰੰਟੀ ਵੀ ਦਊਂ, 15-15 ਲੱਖ ਰੁਪਈਆ ਖਾਤਿਆਂ 'ਚ ਵੀ ਪਾਊਂ। ਉਹ ਦੱਸੋ ਉਹ ਕੀ 15 ਲੱਖ ਵੀ ਗਿਆ, ਕਿਸਾਨੀ ਵੀ ਮਰ ਗਈ। ਫਿਰ ਇਹਨਾਂ ਨੇ ਜਦੋਂ ਸਾਡਾ 2020 ਦੇ ਵਿੱਚ ਮੰਨ ਲਓ ਧਰਨਾ ਹੋਇਆ ਦਿੱਲੀ ਦੇ ਵਿੱਚ, ਸਾਡਾ ਮੰਨ ਲਓ ਇਹਨਾਂ ਨੇ 750 ਬੰਦਾ ਸ਼ਹੀਦ ਕੀਤਾ। ਅਜੇ ਰੇ ਮਿਸ਼ਰਾ ਨੇ 4 ਬੰਦੇ ਸਾਡੇ ਕਿਸਾਨ ਮਾਰੇ, ਇੱਕ ਪੱਤਰਕਾਰ ਵੀਰ ਮਾਰਿਆ, ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ। ਫਿਰ ਕਸੂਰ ਸਾਡੇ 'ਚ ਹੀ ਹੈ ਜੀ। ਜੀ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਮੁੱਖ ਜੈਤ ਹੋਵੇ ਜਾਂ ਗਿੱਦੜਵਾਹ ਹਲਕੇ ਵਿੱਚ ਜਿਹੜੇ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ ਜਦੋਂ ਹੰਸਰਾਜਿੰਸ ਤੋਂ, ਕਿਤੇ ਨਾ ਕਿਤੇ ਉਹ ਸਵਾਲਾਂ ਦੇ ਜਵਾਬ ਵੀ ਦਿੰਦੇ ਨਜ਼ਰ ਆਏ ਸੀਗੇ, ਪਰ ਇਸ ਦੇ ਬਾਵਜੂਦ ਦੇਖਿਆ ਗਿਆ ਸੀ ਕਿ ਕਿਸਾਨ ਕਾਫੀ ਜਿਹੜੇ ਗਰਮ ਸਵਾਲ ਕਹਿੰਦੇ ਉਹਨਾਂ ਨੂੰ ਕਰ ਰਹੇ ਸੀ। ਹਾਂਜੀ ਹਾਂਜੀ, ਕੀ ਗੱਲ ਲੱਗਦਾ ਨਹੀਂ ਵੀ ਇਸੇ ਡਰ ਦੇ ਮਾਰੇ ਜਿਹੜਾ ਹੋ ਸਕਦਾ ਕਿ ਅੱਜ ਤੁਹਾਨੂੰ ਸਾਹਮਣਾ ਨਾ ਕਰਨ ਦਿੱਤਾ? ਨਹੀਂ ਨਹੀਂ ਜੀ, ਜਵਾਬ ਇਹਨਾਂ ਨੂੰ ਆਉਂਦਾ ਹੀ ਨਹੀਂ। ਜੇ ਇਹਨਾਂ ਨੂੰ ਜਵਾਬ ਆਉਂਦਾ ਹੋਵੇ ਸਾਨੂੰ ਕੀ ਲੋੜ ਆ ਵੀ ਧੁੱਪੇ ਬਹਿਣ ਦੀ? ਵੇਖੋ ਅੱਜ ਕੰਮ ਦੀ ਰੁੱਤ ਆ, ਉੱਤੋਂ ਕਿਸਾਨਾਂ ਦੀ ਤੂੜੀ ਬਣਦੀ, ਕਿਸੇ ਦੀ ਕਣਕ ਖੜੀ ਆ, ਸਾਨੂੰ ਕੀ ਲੋੜ ਸੀ ਉੱਥੇ? ਸਾਡੇ ਵੱਡਿਆਂ ਨਾਲ ਬਹਿ ਕੇ ਗੱਲ ਕਰ ਲੈਂਦੇ, ਸਾਡੇ ਵੱਲੋਂ ਪਿੰਡਾਂ 'ਚ ਤੁਰੇ ਆਉਂਦੇ, ਦੂਜੀਆਂ ਪਾਰਟੀਆਂ ਵੀ ਆਉਂਦੀਆਂ। ਪਰ ਉਹ ਤਾਂ ਵਾਰ ਵਾਰ ਕਹਿ ਰਹੇ ਨੇ ਕਿ ਸਾਨੂੰ ਪਿੰਡਾਂ ਵਿੱਚ ਜਾਣ ਦਿਓ, ਸਾਨੂੰ ਆਪਦੀ ਕੰਪੇਨ ਕਰਨ ਦਿਓ, ਤੁਸੀਂ ਅਗਰ ਵੋਟ ਨਹੀਂ ਪਾਉਣੀ ਤਾਂ ਨਾ ਪਾਓ, ਪਰ ਸਾਨੂੰ ਆਪਦਾ ਜਿਹੜਾ ਕੰਮ ਕਰਨਾ। ਉਹ ਜਵਾਬ ਦਿੰਦੇ, ਜਵਾਬ ਦੇਣ ਸਾਨੂੰ ਜੀ। ਅੱਜ ਵੀ ਹੁਣ ਤੁਹਾਡੇ ਸਾਹਮਣੇ ਮੀਡੀਆ ਰਾਹੀਂ ਅਸੀਂ ਕਹਿੰਦੇ ਹਾਂ, ਸਾਡੇ ਨਾਲ ਬਹਿ ਜੇ ਰਿਪੀਟ ਕਰ ਲਏ ਸਿੱਧਾ ਹੋ ਕੇ, ਅਸੀਂ ਆਪਦਾ ਪ੍ਰਧਾਨ ਬਣਾ ਦਿੰਦੇ ਹਾਂ, ਚਲੋ ਅਸੀਂ ਅਨਪੜ੍ਹ ਬੰਦੇ ਹਾਂ, ਇਹ ਸਾਨੂੰ ਜਵਾਬ ਦੇ ਦੇ, ਸਾਡੇ ਵੱਲੋਂ ਖੁੱਲ੍ਹਾ ਤੁਰਿਆ ਫਿਰੇ, ਅਸੀਂ ਕੁਛ ਨਹੀਂ ਇਹਨੂੰ ਕਹਿੰਦੇ। ਅੱਗੇ ਤੋਂ ਵੀ ਇਹ ਵਿਰੋਧ ਜਾਰੀ ਰਹੇਗਾ? ਹਾਂ ਜੀ, ਚਲ ਜਾਰੀ ਰਹੂ। ਇੱਕ ਮੀਟਿੰਗ ਹੋਈ ਸੀ SSP ਸਾਹਿਬ ਨਾਲ ਫਰੀਦਕੋਟ ਪਿੱਛੇ ਸਿੱਧੂਪੁਰ ਗੁਰਦੁਆਰੇ। ਦੇਖੋ ਜੀ, ਇਹਨਾਂ ਨੇ ਕਿਹਾ ਸੀ ਮੀਟਿੰਗ 'ਚ ਹਾਂਜੀ ਅਸੀਂ ਵਿਰੋਧ ਕਰਾਂਗੇ, ਉਹਦੇ ਇੰਦਰ ਸਿੰਘ ਕਨੀਆ ਸੀ ਤਾਂ ਉਸੇ ਮੀਟਿੰਗ 'ਚ। ਹਾਂਜੀ ਹਾਂਜੀ, ਵੀ ਸਾਈਡ ਤੇ ਪੰਜਾਬ ਦੀ ਵਿਰੋਧ ਕੀਤਾ ਜਾਊਗਾ, ਨਾ ਕਿ ਕਿਸੇ ਦਾ ਘਰ ਰੋਕਿਆ ਜਾਊਗਾ। ਲੇਕਿਨ ਅੱਜ ਉਹ ਕਹਿੰਦੇ ਦੇਖਿਆ ਗਿਆ ਕਿ ਜਿਹੜੇ ਉੱਥੇ ਦੇ BJP ਦੇ ਉਮੀਦਵਾਰ ਕਹਿੰਦੇ ਵੀ ਸਾਨੂੰ ਕਰਜ਼ ਜਾਣ ਤੱਕ ਰੋਕਿਆ ਗਿਆ ਹੈਗਾ, ਇਹ ਉਹ ਜਿਹੜੇ ਕਿ ਨੇ ਆਪਣੇ ਦੋਸ਼ ਲਾ ਰਹੇ ਨੇ। ਨਹੀਂ ਜੀ, ਕੋਈ ਹੁਣ ਤੁਸੀਂ ਉੱਥੇ ਗਏ ਹੀ ਹੈ, ਸਾਈਡ ਤੇ ਬੰਦੇ ਬੈਠੇ ਆ, ਉਹੀ ਗੱਲ ਹੋਈ ਸੀ ਵੀ ਗੱਡੀ ਜਿਹੜੀ ਆਉਂਦੀ ਉਹ ਆਪਦੇ ਧੱਕੇ ਨਾਲ ਲੰਘਾਉਂਦੇ ਸੀ, ਫਿਰ ਅਸੀਂ ਵੀ ਨਹੀਂ ਗੱਡੀ ਨਾਲ ਧੱਕੇ ਨਾਲ ਲੰਘੇ ਜਦੋਂ ਸਾਨੂੰ ਬਾਰਡਰਾਂ ਦੇ ਨਹੀਂ ਲੰਘਣ ਦਿੱਤਾ। ਕੀ ਦਿੱਲੀ ਵਿੱਚ ਸਾਡਾ ਹੱਕ ਹੈ? ਮੈਂ ਨਹੀਂ, ਇਹਨਾਂ ਨੇ ਵੱਡੇ ਵੱਡੇ ਕਿੱਲ ਲਾ ਕੇ, ਵੱਡੇ ਵੱਡੇ ਬੈਰੀਗੇਟ ਲਾ ਕੇ ਸਾਡੇ ਕਿੰਨੇ ਕਿਸਾਨ ਮੱਲਾ ਫੱਟੜ ਕੀਤੇ, ਮੁੰਡਿਆਂ ਦੀਆਂ ਅੱਖਾਂ ਗਈਆਂ। ਸ਼ੁਭਦੀਪ 2 ਕਿੱਲਿਆਂ ਦਾ ਮਾਲਕ ਸੀ, ਜਿਹੜਾ ਉਹ ਗਿਆ ਇਹਨਾਂ ਨੇ ਗੋਲੀ ਮਾਰ ਕੇ ਮਾਰਿਆ, ਫਿਰ ਮੁੰਡਾ ਇੱਕ ਹੋਰ ਉਹਦੀਆਂ ਲੱਤਾਂ ਬਾਹਾਂ ਤੋੜੀਆਂ, ਲੰਗਰ ਲੈ ਕੇ ਆ। ਇਹ ਫਿਰ ਜੇ ਮੰਨ ਲਓ ਵੀ ਸਾਨੂੰ ਨਹੀਂ ਸਮਝਦੇ ਪੰਜਾਬ ਦਾ, ਸਾਨੂੰ ਛੱਡ ਦੇਣ, ਅਸੀਂ ਪਾਕਿਸਤਾਨ ਨਾਲ ਰਲੀਏ ਕਾਸੇ ਨਾਲ, ਇਹ ਇੱਕ ਆਤਵਾਦੀ ਹੈ ਜੇ ਅਸੀਂ ਆਪਦਾ ਹੱਕ ਮੰਗਦੇ ਹਾਂ। ਅੱਜ ਕੁਝ ਕਿਸਾਨਾਂ ਵੱਲੋਂ ਹੰਸਰਾਜ ਹੰਸ ਦਾ ਵਿਰੋਧ ਕੀਤਾ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਰਿਟੇਨ ਕੀਤਾ ਗਿਆ, ਕਿਸ ਤਰ੍ਹਾਂ ਹੀ ਕਰ ਰਹੀ ਹੈ? ਇੱਦਾਂ ਹੀ ਅੱਜ ਰਾਈਆਂ ਵਾਲਾ ਪਿੰਡ ਜਿਹੜਾ ਸਦਰ ਫਰੀਦਕੋਟ 'ਚ ਪੈਂਦਾ, ਉੱਥੇ ਜਿਹੜੇ BJP ਦੇ ਨੋਮੀਨੀ ਹੈਗੇ ਆ ਹੰਸਰਾਜ ਹੰਸ ਜੀ, ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਜਿਹੜੇ ਕੁਝ ਲੋਕਲ ਕਿਸਾਨ ਜਥੇਬੰਦੀ ਵਾਲੇ ਹੈਗੇ ਸੀ ਉਹ ਉਹਨਾਂ ਦਾ ਵਿਰੋਧ ਕਰਦੇ ਸੀ, ਅਤੇ ਕਿਸੇ ਚੀਜ਼ ਨੂੰ ਅਣਸਖਾਵੀ ਚੀਜ਼ ਤੋਂ ਬਚਣ ਲਈ ਅਸੀਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਹੀ ਹੰਸਰਾਜ ਜੀ ਦੇ ਆਉਣ ਤੋਂ ਪਹਿਲਾਂ ਹੀ ਡਿਟੇਨ ਕਰ ਲਿਆ। ਸਰ, ਕੁਛ ਔਰਤਾਂ ਵੱਲੋਂ ਅਤੇ ਕਿਸਾਨਾਂ ਨੂੰ ਇਲਜ਼ਾਮ ਲਗਾਇਆ ਗਿਆ ਕਿ ਪੁਲਿਸ ਵੱਲੋਂ ਅਤੇ ਬੱਚਿਆਂ ਅਤੇ ਔਰਤਾਂ ਨਾਲ ਕੋਈ ਹਲਕੀ ਲਾਠੀਚਾਰਜ ਕਿਹਨਾਂ 'ਤੇ ਕੀਤਾ ਗਿਆ? SCG ਕਿਸੇ ਨਾਲ ਕੋਈ ਲਾਠੀਚਾਰਜ ਨਹੀਂ ਕੀਤਾ ਹੈਗਾ ਜੀ, ਅਤੇ ਜਿਹਨੂੰ ਕੀ ਕਹਿੰਦੇ ਆ ਸਿਰਫ ਲੋਕੀ ਡਿਟੇਨ ਕੀਤੇ। ਸਰ, ਇਸ ਤੋਂ ਪਹਿਲਾਂ ਗੱਲ ਕਰੀਏ ਤਾਂ SSP ਫਰੀਦਕੋਟ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ,
ਜਿਸ ਵਿੱਚ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਆਪਣਾ ਪ੍ਰਦਰਸ਼ਨ ਸ਼ਾਂਤਮਈ ਕਰਨ, ਪਰ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਕਿਸਾਨ ਕਾਫੀ ਉਗਰ ਹੁੰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਭਾਜਪਾ ਆਗੂ ਆਉਂਦਾ। ਅਸੀਂ ਇੱਥੇ ਵੀ ਰਾਈਆਂ ਵਾਲੇ ਵੀ ਇਹਨਾਂ ਨੂੰ ਪਹਿਲਾਂ ਜਿਹਨੂੰ ਡਿਟੇਨ ਕਰਨ ਤੋਂ ਪਹਿਲਾਂ ਰਿਕੁਐਸਟ ਕੀਤੀ ਸੀ ਕਿ ਤੁਸੀਂ ਇੰਜ ਨਾ ਕਰੋ, ਜਿਹੜਾ ਕਿ ਤੁਹਾਡਾ ਵਿਰੋਧ ਕਰਨਾ, ਕਿਸੇ ਦਾ ਅਪੋਜ਼ ਕਰਨਾ ਤੁਹਾਡਾ ਹੱਕ ਹੈ, ਕਾਨੂੰਨੀ ਹੱਕ ਹੈ, ਤੁਸੀਂ ਕਰੋ। ਬਟ ਉਹ ਇਸ ਚੀਜ਼ ਨੂੰ ਉਹਨਾਂ ਨੇ ਮੰਨਿਆ ਨਹੀਂ, ਫਿਰ ਤਾਂ ਹੀ ਉਹਨਾਂ ਨੂੰ ਇਹ ਡਿਟੇਨ ਕੀਤਾ।